ਲੈ ਵੀ ਆ ਚੈੱਕ ਕਰ ਰਿਹਾ ਨਾ ਆ ਹੁੰਦੀ ਆ ਪਰਫਾਰਮੈਂਸ ਹੈ ਨਾ ਤੇ ਇਹ ਤੇ ਟਰੈਕਟਰ ਨਹੀਂ ਬੰਦ ਹੋ ਰਿਹਾ ਸਲਿੱਪ ਦੇ ਰਿਹਾ ਇਹਨੂੰ ਕੋਈ ਪਰਵਾਹ ਨਹੀਂ ਪਰਫਾਰਮੈਂਸ ਨਾ ਕਿ ਸੀਟੀ ਕੱਲੀ ਸੀਟੀ ਲਵਾਈ ਆ ਪਿਆ ਫਰਕ ਇਹਦੇ ਨਾਲ ਬਹੁਤ ਫਰਕ ਹੋਇਆ ਨਹੀਂ ਸੀਟ ਦਾ ਕਿਉਂ 60,000 ਚ ਕੱਲੀ ਸੀਟੀ ਥੋੜੀ ਲੱਗਣੀ ਹਾਂ ਬੜਾ ਲੈਂਦਾ ਹਾਂ ਬਾਈ ਦੂਜਾ ਦੂਜਾ ਲੈ ਕੇ ਚੱਲ ਇਹਦਾ ਵਾਹਾ ਹੈ ਹਨਾ ਇਹਦਾ ਪੋਲਾ ਕਰਿਆ ਹੋਇਆ ਹੈ ਨਾ ਪੋਲਾ ਕੀਤਾ ਵਾ ਉਹ ਐ ਸਲਿੱਪ ਦੇਣ ਲੱਗ ਗਿਆ ਹਨਾ ਟਰਬੋਨਾ ਜ਼ੋਰ ਦਾ ਤਾਂ ਫਰਕ ਪੈਂਦਾ ਹੈ ਨਾ ਬਾਈ ਦਬਦਾ ਨਹੀਂਗਾ ਲੈ ਕੇ ਲੈ ਵੀ ਬਾਈ ਆਪਾਂ ਜਿਹੜਾ ਟਰੈਕਟਰ ਦੀ ਵੀਡੀਓ ਬਣਾਈ ਜਾਂਦੇ ਸੀ ਨਾ ਤੇ ਬਾਈ ਯਾਰ ਇਹ ਕਹਿੰਦੇ ਇੱਕ ਸਾਡੇ ਪਿੰਡ ਟਰੈਕਟਰ ਆ ਇਹਦੇ ਟਰਬੋ ਲਵਾਈ ਆ ਬਾਈ ਨੇ ਇਹ ਵੀ ਦਿਖਾਉਣੇ ਆ ਤੁਹਾਨੂੰ ਇਹ 855 ਨਵਾਂ ਮਾਡਲ ਆ 16 ਦੇ ਟਾਇਰਾਂ ਵਾਲਾ ਤੇ 13 ਵਾਲੀ ਇਹਦੇ ਮਗਰ ਪਾ ਕੇ ਦਿਖਾਉਣੇ ਆ ਪਰ ਆਹ ਵਾਹਣ ਦੇਖੋ ਨਾ ਮੰਡ ਪੂਰਾ ਤੇ ਜਿਹਦੇ ਵਿੱਚ ਆਪਾਂ ਝੋਨੇ ਝਾਨੇ ਜਿਵੇਂ ਟਰਾਲੇ ਲੰਘੇ ਵੇ ਆ ਤੇ ਆਹ ਛੱਡਤਾ ਹੁਣ ਤੇ ਬਾਕੀ ਹੁਣ ਇਹਦੇ ਦਿਖਾਉਣੇ ਆ ਤੁਹਾਨੂੰ ਪਰਫਾਰਮੈਂਸ ਤੇ ਬਾਈ ਨਾਲ ਮਿਲਾਉਣੇ ਆ ਠੀਕ ਆ ਤੇ ਟਰਬੋ ਆ ਜਿਹੜੀ ਸਾਰੀ ਲੈਣੇ ਆ ਜਾਣਕਾਰੀ ਕਿੰਨੇ ਚ ਲਵਾਈ ਆ ਤੇ ਇਹ ਟਰੈਕਟਰ ਬਾਰੇ ਵੀ ਤੇ ਤੁਹਾਨੂੰ ਦਿਖਾਉਣੇ ਆ ਪਰਫਾਰਮੈਂਸ ਹੈ ਨਾ ਆ ਹੁਣ ਛੱਡਦੇ ਆ ਹਾਲੇ ਦੇ ਤੇ ਉਦੋਂ ਬਾਅਦ ਆਪਾਂ ਹੱਥ ਘੁੰਮ ਪਾਉਣੇ ਆ ਹੁਣ ਤੇ ਬਾਈ ਯਾਰ ਵੀ ਸਾਰੇ ਹਣਾ ਆਏ ਬੈਠੇ ਆ ਦੇਖਣ ਅੱਜ ਪਤਾ ਲੱਗ ਜੂ ਟਰਬੋ ਵਾਲੇ ਜ਼ੋਰ ਦਾ ਹੈ ਹਾਂ ਸਹੀ ਗੱਲ ਆ ਹਾਂ ਇੱਕ ਤਾਂ ਵਾਹਣ ਵੀ ਉਹੋ ਜਿਹਾ ਹਨਾ ਵਾਹਣ ਵੀ ਉਹੋ ਜਿਹਾ ਕਰਦੇ ਆ ਪੂਰੇ ਸਿਟੀ ਮਾਰਦੀ ਹਨਾ ਇਹਦਾ ਉਹਦਾ ਗੇਅਰ ਵੱਡਾ ਪਹਿਲਾ ਠੀਕ ਹੈ ਹਾਂ ਫਿਰ ਇਹਦਾ ਦੂਜੇ ਚ ਤੋਰਾ ਵੱਧ ਜਾਂਦਾ ਲੈ ਵੀ ਪਾ ਲੈਂਦੇ ਹਲ ਲੈ ਬਾਈ ਪਹਿਲੇ ਜਾ ਫਿਰ ਤੁਹਾਨੂੰ ਦੂਜੇ 'ਚ ਵੀ ਚੈੱਕ ਕਰਵਾਉਣੇ ਆ ਆਹ ਤਾਂ ਆਰਾਮ ਨਾਲ ਤੁਰਿਆ ਫਿਰਦਾ ਵੀ ਜਮਾ ਹੈ ਉੱਧਰ ਨੂੰ ਲੈ ਕੇ ਚੱਲ ਇਹਦਾ ਵਾਹਾ ਹੈ ਹਨਾ ਇਹਦਾ ਪੋਲਾ ਕਰਿਆ ਹੋਇਆ ਪੋਲਾ ਕੀਤਾ ਵਾ ਉਹ ਐ ਸਲਿੱਪ ਦੇਣ ਲੱਗ ਗਿਆ ਹਨਾ ਟਰਬੋ ਨਾਲ ਜ਼ੋਰ ਦਾ ਤਾਂ ਫਰਕ ਪੈਂਦਾ ਹਨਾ ਬਾਈ ਦਬਦਾ ਨਹੀਂਗਾ ਲੈ ਕੇ ਰਾ ਤੂੰ ਵੀ ਲਾ ਲਾ ਬਾਈ ਆਪਾਂ ਕਮੈਂਟਰੀ ਕਰ ਚੱਲਦੇ ਹਨਾ ਸਹੀ ਗੱਲ ਆ ਜ਼ੋਰ ਦਾ ਫਰਕ ਬਹੁਤ ਪੈ ਗਿਆ ਫਰੀਦਕੋਟ ਹੀ ਹੈ ਬਾਈ ਆਪਾਂ ਆਪਣੇ ਏਰੀਏ 'ਚ ਹੀ ਹਾਂ ਠੀਕ ਆ ਬਾਈ ਦਾ ਪਿੰਡ ਗੰਦਾਰਾ ਗੰਦਾਰੇ ਪਿੰਡ ਹੀ ਖੜੇ ਆ ਬਾਈ ਦੀ ਗੰਦਾਰਾ ਆਹ ਦੇਖ ਸਕਦੇ ਅੰਡਰਸਕੋਰ ਸੁਖਵੀਰ ਇੰਸਟਾਗ੍ਰਾਮ ਆਈ ਡੀ ਆ ਡੰਡਾ ਕਾਸ ਦਿੰਦੇ ਵਾ ਚਲ ਪਹਿਲੇ ਜੀ ਹੈ ਨਾ ਅਜੇ ਪਹਿਲੇ ਜੀ ਪਹਿਲੇ ਝੋਨਾ ਚੱਕਿਆ ਕਰਕੇ ਮੰਡੀ ਚੋਂ ਠੀਕ ਹੈ ਆਪਣੇ ਮੰਡੀ ਨੂੰ ਥਾਂ ਥੋੜਾ ਨਾ ਅੱਛਾ ਇਹ ਬਾਈ ਫਰ ਪੱਕੀ ਵੀ ਨਹੀਂ ਹੋਈ ਹੈ ਨਾ ਮੰਡੀ ਪੱਕੀ ਨਹੀਂ ਹੋਈ ਬਾਈ ਮੰਡੀ ਆਪਣੀ ਠੀਕ ਹੈ ਥਾਂ ਥੋੜਾ ਕਰਕੇ ਉਮੀਦ ਹੈ ਕਰਨਗੇ ਹਾਂ ਹੈ ਆਸ ਉਮੀਦ ਤਾਂ ਪਿੰਡਾਂ ਨੂੰ ਬਹੁਤ ਆ ਠੀਕ ਹੈ ਬਾਈ ਤੋਂ ਅੱਗੇ ਚਾਹੇ ਬਗਰਾੜੀ ਚਾਹੇ ਕੋਟ ਝੋਨਾ ਚਾਹੇ ਕਿਸੇ ਨੇ ਕਿਤੇ ਲਾਉਣਾ ਬਮੀਏ ਲਾਉਣਾ ਠੀਕ ਹੈ ਦੂਜਾ ਦੂਜਾ ਦੂਜੇ ਚ ਵੀ ਖਾਲੀ ਵਾਲਾ ਕਿਉਂ ਕਰਦਾ ਦੂਜੇ ਚ ਵੀ ਆਇਆ ਖਾਲੀ ਲੈ ਗਿਆ ਹੁੰਦਾ ਜਮੇ ਨੀ ਕੋਈ ਇੰਜਨ ਨੂੰ ਨਾ ਤੂੰ ਨਾ ਕੋਈ ਦਬਦਾ 13 ਹਾਲ ਦੇ ਨੂੰ 15 ਚਾਹੀਦੇ ਹੁਣ ਸਹੀ ਗੱਲ ਹਾਂ ਸਲਿੱਪ ਦਿੰਦੇ ਆ ਟਾਇਰ ਹਨਾ ਸਲਿੱਪ ਦਿੰਦੇ ਆ ਪਰ ਇੰਜਨ ਨਹੀਂਗਾ ਜਮਾ ਵੀ ਨਾਲੇ ਪਾਸੋਂ ਦਾ ਜਮੇ ਨੀ ਪਰਵਾਹ ਹੀ ਨਹੀਂਗੀ ਮੜਾ ਐ ਨੂੰ ਕਰੜੇ ਥਾਂ ਨੂੰ ਇਧਰ ਨੂੰ ਕੱਢ ਲਾ ਦੇਖਿਆ ਨਹੀਂ ਬਾਈ ਨੇ ਨਾ ਧਿਆਨ ਹੁਣ ਹੁਣ ਦੱਸਦਾ ਹਾਂ ਹੁਣ ਦੱਸਦਾ ਕਿਉਂ ਐ ਨੂੰ ਕਰ ਲੈ ਬਾਈ ਫੇਰ ਵੀ ਨਹੀਂ ਕੋਈ ਹੈ ਨਾ ਕੋਈ ਵਾਸਤੇ ਕੋਈ ਨਹੀਂ ਹਾਲ ਜ਼ਰੂਰ ਤਰਨ ਲੱਗ ਗਏ ਕਿਉਂਕਿ ਮੰਡ ਬੜਾ ਨਹੀਂ ਫੇਰ ਵੀ ਹਾਲ ਤਾਂ ਜਿਵੇਂ ਆ ਦਿੰਦੇ ਨਹੀਂ ਫਰੇਮ ਨਾਲ ਖਾਲੀ ਭਰਦੇ ਆ ਬਾਈ ਨੇ ਨਹੀਂ ਫੇਰ ਵੀ ਕੋਈ ਉਹ ਨਹੀਂਗਾ ਬਾਕੀ ਤਵੀਆਂ ਟੇਡੀਆਂ ਵੱਜੀਆਂ ਕਰਕੇ ਟਰੈਕਟਰ ਜੰਪ ਬੜਾ ਲੈਂਦਾ ਹਾਂ ਬਾਈ
ਉਹ ਬਾਲਾ ਕੈੜਾ ਉੱਥੇ ਉੱਥੇ ਮੰਡ ਹੋਇਆ ਉੱਥੇ ਟਰੱਕ ਵਾਲੇ ਨੰਗੇ ਹਾਲੀ ਨਹੀਂ ਲੱਗਦੇ ਬਈ ਹਨਾ ਪਹਿਲਾਂ ਪਹਿਲਾਂ ਲੜਾਂ ਮੰਡ ਬਈ ਆਇਆ ਟਰਾ ਟਰਾ ਉੱਥੋਂ ਵੇਖ ਲਾ ਵੀ ਉੱਥੋਂ ਪਈ ਨਾਂਗਾ ਸੀ ਉੱਥੋਂ ਚੜ੍ਹਦੇ ਸੀ ਹਾਂ ਇਹ ਬਈ ਉੱਤੇ ਹੈ ਬੰਦੇ ਖੜਾਈ ਹਾਰ ਲੈਂਦੇ ਆ ਉਹ ਉੱਤੇ ਚੜ੍ਹੇ ਦੋ ਜਣੇ ਕਿੰਨੇ ਆਰ ਪੀ ਐਮ ਰੱਖੇ ਆ ਬਈ ਆਰ ਪੀ ਐਮ ਕਿੰਨੇ 1600 ਠੀਕ ਹੈ ਚਲੋ ਇੱਕ ਵਾਰੀ ਆ ਦਿਖਾ ਕੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਠੀਕ ਹੈ ਉੱਥੇ ਚੜ੍ਹਨਾ ਪਹਿਲੇ ਜੀ ਲਾਲ ਜੇ ਦੂਜਾ ਲੱਗ ਹਾਂ ਹਾਂ ਬਾਈ ਲੱਕੀ ਅਸੀਂ ਕਿਹੜਾ ਮੜਾ ਵਜਨ ਵਾਲਾ ਬੰਦਾ ਆਵੇ ਮੜਾ ਉੱਤੇ ਆਹ ਬਾਈ ਜੀ ਖਿਲਾਰ ਰਹੇ ਆ ਉੱਤੇ ਨਹੀਂ ਨਹੀਂ ਸਹੀ ਹੈ ਕਿਹੜਾ ਮਾਡਲ ਆ ਬਾਈ ਚੌਦਾਂ ਮਾਡਲ ਆ ਮਤਲਬ ਸਮਾਂ ਬੜਾ ਸੀ ਨਾ ਗਾਂ ਨਿਕਲੇਗੀ ਪਹਿਲੇ ਹੱਥੀ ਚੱਲਿਆ ਜਿਹੜਾ ਉਦੋਂ ਅੰਮ੍ਰਿਤਸਰ ਜਾਂਦਾ ਸਾਡਾ ਐਕਸੀਡੈਂਟ ਜਿਹਾ ਹੋ ਗਿਆ ਸੀਗਾ ਹਾਂ ਇਕੱਠੇ ਵੇਦਾ ਬਾਈ ਦਾ ਭਰਾ ਸੀਗਾ ਨਾਲ ਮੇਰਾ ਉਹ ਆ ਗੁੱਟ ਗੁੱਟ ਗਿਆ ਸੀ ਪਿਛਲੀ ਆਹ ਵਰਤੀ ਪਾੜ ਗਈ ਸੀ ਬੰਦਾ ਵੀ ਹੁੰਦਾ ਵਜਨ ਵਾਲਾ ਖੜਾ ਤਾ ਉੱਪਰ ਚੱਕਰ ਵੀ ਉਹ ਵੀ ਹੈ ਨਾ ਨਾਰਮਲ ਹੀ ਹੈ 14 ਚੱਕਰ 14 15 ਦਾ ਚੱਕਰ ਦੇ ਹਾਂ 2000 ਚੱਕਰ ਦਾ ਜਮਾ ਥੱਲੇ ਲੱਗ ਗਿਆ ਫਰੇਮ ਰੇਸ ਕਰ ਲੈਣਗੇ ਰੇਸ ਕਰ ਰੇਸ ਝਾਕਦਾ ਨੀ ਪਤਾ ਉਹ ਰੇਸ ਕਰ ਰੇਸ ਕਰ ਹਾਂ ਹੁਣ ਹੁਣ ਕਰਾਈ ਆ ਬਾਈ ਤੋਂ ਰੇਸ ਸਹੀ ਗੱਲ ਆ ਇਹਦਾ ਵੇਟ ਚਾਹੀਦਾ ਸਹੀ ਮੈਨੂੰ ਹਾਂ ਵੇਟ ਵੀ ਚਾਹੀਦੇ ਆ ਹਾਂ ਵੇਟ ਚਾਹੀਦੇ ਆ ਨਹੀਂ ਹੈਗਾ ਪਾਸ ਆ ਬਾਈ ਡਰ ਬੋਦੇ ਪੂਰਾ ਹਨਾ ਸਲਿੱਪ ਦੇ ਰਿਹਾ ਪਰ ਟਰੈਕਟਰ ਨਹੀਂ ਦੱਬਦਾ ਹੁਣ ਇੱਕ ਤਾਂ ਲਿਮਟ ਤਾਂ ਹੁੰਦੀ ਆ ਕਿਸੇ ਵੀ ਚੀਜ਼ ਦੀ ਟਰਾਲੇ ਬਹੁਤ ਮਹਿੰਗੇ ਟਰੱਕ ਇੱਥੇ ਟਰੱਕ ਬਹੁਤ ਮਹਿੰਗੇ ਨਹੀਂ ਨਹੀਂ ਸਹੀ ਹੈ ਲੈ ਵੀ ਆਹ ਚੈੱਕ ਕਰ ਰਹੇ ਹੋ ਨਾ ਆਹ ਹੁੰਦੀ ਆ ਪਰਫੋਰਮੈਂਸ ਹੈ ਨਾ ਅਤੇ ਇਹ 'ਤੇ ਟਰੈਕਟਰ ਨਹੀਂ ਬੰਦ ਹੋ ਰਿਹਾ ਸਲਿੱਪ ਦੇ ਰਿਹਾ ਇਹਨੂੰ ਕੋਈ ਪਰਵਾਹ ਨਹੀਂ ਨਾ ਕੋਈ ਧੂੰਆਂ ਦਿਖਾ ਰਿਹਾ ਟਰਬੋ ਉਹਦਾ ਵੀ ਆ ਟਰੈਕਟਰ ਦਾ ਹੈ ਨਾ ਵੀ ਟਰਬੋ ਨਾਲ ਪਾਵਰ ਵੱਧ ਗਈ ਆ ਚੌਦਾਂ ਮਾਡਲ ਟਰੈਕਟਰ ਆ ਬਾਈ ਅਤੇ ਟਰਬੋ ਵਾਲਾ ਤੁਹਾਨੂੰ ਪਰਫੋਰਮੈਂਸ ਦਿਖਾਈ ਹੈ ਨਾ ਟਰੈਕਟਰ ਨੂੰ ਮਤਲਬ ਐਂ ਕੋਈ ਚੱਕਰ ਨਹੀਂ ਲੈ ਆਪਾਂ ਲਾ ਦਈਏ ਬਾਈ ਦੇ ਮਾਈਕ
ਕੀ ਹਾਲ ਨੇ ਬਾਈ? ਠੀਕ ਹੈ, ਇੱਥੇ ਲਾ ਲਓ ਹਨਾ ਕਲਿੱਪ ਤੇ, ਮੈਂ ਲਾ ਦੇ ਇੱਕ ਮਿੰਟ ਇੱਥੇ ਲਾ ਲਓ। ਲੈ ਵੀ ਬਾਈ ਦਾ ਨਾਂ ਤਾਂ ਹੈਗਾ ਸੁਖਵੀਰ, ਹੈ ਨਾ ਸੁਖਵੀਰ ਹੀ ਹੈ ਨਾ ਬਾਈ? ਸੁਖਵੀਰ ਗੰਦਾਰਾ। ਹਾਂ ਠੀਕ ਹੈ ਬਾਈ, ਬਿਲਕੁਲ। ਬਾਕੀ ਮੈਂ ਆਈਡੀ ਵੀ ਦਿਖਾਤੀ ਤੁਹਾਡੀ, ਠੀਕ ਹੈ ਬਾਈ? ਮੈਂ ਵੇਖੀ ਸੀ ਨਾ ਤੁਸੀਂ ਪਹਿਲਾਂ ਵੀਡੀਓ ਬਣਾਈ ਸੀ ਜੋ ਤੁਹਾਡਾ ਟ੍ਰੇਲਰ ਤਿਆਰ ਹੋ ਕੇ। ਹਾਂਜੀ 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 ਬਾਈ, ਉਹ ਮੈਨੂੰ ਫੋਨ ਆਈ ਜਾਂਦੇ ਕਹਿੰਦੇ ਵੀ ਯਾਰ ਪਰਫਾਰਮੈਂਸ ਚੈੱਕ ਕਰਵਾਓ ਇਹਦੀ, ਮਤਲਬ ਉਹ ਦਿਖਾਈ ਸੀ ਅੱਜ ਵਾ ਕੇ। ਠੀਕ ਹੈ, ਪਹਿਲਾਂ ਫਿਰ ਕਾਹਤੇ ਚਲਾਉਣੇ ਵੈਸੇ ਨੋਰਮਲ ਤੁਸੀਂ ਟਰੈਕਟਰ? ਜਿਵੇਂ ਟਰਬੋ ਦੀ ਲੋੜ ਚੱਲਦਾ ਬਾਈ, ਟਰਬੋ ਤਾਂ ਉਹੀ ਲਵਾਤੀ, ਸ਼ੌਂਕ ਨਹੀਂ ਐਵੇਂ ਤਾਂ ਸ਼ੌਂਕ ਨਹੀਂ ਲਵਾਤੀ ਰਹੇ ਨੇ। ਹਾਂ ਨਹੀਂ, ਪਹਿਲਾਂ ਫਿਰ ਜ਼ੋਰ ਦੀ, ਪਹਿਲਾਂ ਵੀ ਨਹੀਂ ਕਮੀ, ਪਹਿਲਾਂ ਜ਼ੋਰ ਵੀ ਇੰਨਾ ਹੀ ਸੀਗਾ ਬਾਈ, ਪਹਿਲਾਂ ਵੀ ਕੋਈ ਚੱਕਰ ਨਹੀਂ ਸੀਗਾ ਇਹਨੂੰ। ਠੀਕ ਹੈ, ਹਾਂ ਪਹਿਲਾਂ ਵੀ ਆਹ 13 ਹਾਲੀ ਹਾਂ ਦੂਜੇ ਗੇਅਰ 'ਚ ਵਧੀਆ ਵਾਉਂਦਾ ਸੀਗਾ। ਵਧੀਆ ਵਾਉਂਦੇ ਆ, ਬਾਕੀ ਆ ਤਾਂ ਵਾਹਣ ਹੀ ਬੜਾ ਮੰਡ ਹੋਇਆ ਪਿਆ। ਹਾਂ ਮੰਡ ਵਾਲਾ ਹੋਇਆ ਪਿਆ, ਇੱਥੇ ਝੋਨਾ ਲਾਈ ਗਏ। ਹਾਂ ਹਾਂ ਹਾਂ, ਤਾਂ ਕਰਕੇ ਮੰਡ ਵਾਲਾ ਹੋਇਆ ਪਿਆ। ਠੀਕ ਹੈ, ਮਤਲਬ ਪਿਆ ਤਾਂ ਹੋਊ ਪਰਫਾਰਮੈਂਸ ਨਾ ਕਿ ਸੀਟੀ, ਇਕੱਲੀ ਸੀਟੀ ਲਵਾਈ ਆ? ਪਿਆ ਫਰਕ ਇਹਦੇ ਨਾਲ ਬਹੁਤ ਫਰਕ ਹੋਇਆ ਨਹੀਂ, ਸੀਟ ਤਾਂ 60,000 'ਚ ਇਕੱਲੀ ਸੀਟੀ ਥੋੜੀ ਲੱਗੀ। ਹਾਂ ਮੈਂ ਉਹੀ ਹੈ ਨਾ, ਮੈਂ ਕਿਹਾ ਵੀ ਤੁਸੀਂ ਕਿਹਾ ਵੀ ਪਹਿਲਾਂ ਵੀ ਇੰਨੀ ਖਿੱਚਦਾ ਮੈਂ ਉਹਨਾਂ ਦਾ ਫਰਕ ਪਾਵਰ ਤਾਂ ਪਹਿਲਾਂ ਵੀ ਬਹੁਤ ਸੀਗੀ, ਮਤਲਬ ਟ੍ਰੇਟਰ ਪਹਿਲਾਂ ਵੀ ਸੈੱਟ ਸੀਗਾ ਜਮਾ ਆਪਣਾ। ਠੀਕ ਹੈ, ਤੇ ਵੀ ਆ ਸੀਟੀ ਦਾ ਕਰਕੇ ਲਵਾ ਲਿਆ। ਇੱਕ ਸ਼ੌਂਕ ਹੁੰਦਾ ਹੈ ਨਾ, ਸ਼ੌਂਕ ਵੀ ਹੈ ਬਈ ਆਪਾਂ ਨੂੰ। ਕੀ ਰੇਟ 'ਚ ਪੈ ਗਿਆ ਬਈ ਇਹ? ਇਹ 57,000 'ਚ ਪਈ ਹੈ ਬਈ, 62 ਨੰਬਰ ਹੈ, 62 ਨੰਬਰ ਟਰਬੋ ਲਾਈ ਹੈ। ਹਾਂ ਠੀਕ ਹੈ, ਤੇ ਉਹ ਇੰਜਨ ਤਾਂ ਉਵੇਂ ਨਾਲ ਦਾ ਹੀ ਸਾਰਾ ਹੈ ਨਾ? ਹਾਂ ਹਾਂ, ਇੰਜਨ ਜਮਾ ਓਕੇ, ਹੋਰ ਕੋਈ ਛੇੜ ਛਾੜ ਨਹੀਂ ਕੀਤੀ ਵੀ। ਠੀਕ ਹੈ, ਤੇ ਖਰਚੇ ਦਾ ਜਿਵੇਂ ਤੇਲ ਦਾ ਜਿਵੇਂ ਪਹਿਲਾਂ ਸੀ ਤੇ ਹੁਣ? ਤੇਲ ਦਾ ਤਾਂ ਉਨਾ ਹੀ ਹੈ ਬਈ, ਉਵੇਂ ਹੈ, ਤੇਲ ਉਵੇਂ ਹੈਗਾ, ਜ਼ੋਰ ਵਧਾ ਗਿਆ, ਜ਼ੋਰ ਵਧਾ ਗਿਆ। ਹਾਂ ਠੀਕ ਹੈ, ਜ਼ੋਰ ਤਾਂ ਨਹੀਂ ਮਤਲਬ ਵੀ ਉਹ। ਠੀਕ ਹੈ, ਬਾਕੀ ਆ ਫਿਟਿੰਗ ਦਿਖਾ ਦਈਏ ਹੈ ਨਾ, ਅਤੇ ਬਾਕੀ ਬਾਈ ਨੇ ਵੀ ਹੈ ਨਾ ਪੂਰਾ ਮੂਹਰੇ ਜਿਹੜੇ ਰਿਮ ਰੂਮ ਉਹ ਪਾ ਕੇ ਰੱਖੇ ਆ, ਵੱਡੇ ਟਾਇਰ ਪਾਏ ਆ, BKT ਦੀ ਆ 10-16 ਦੇ, ਅਤੇ ਆਹ ਫਿਟਿੰਗ ਦੇਖ ਸਕਦੇ ਹੋ। ਬਾਕੀ ਪਰਫਾਰਮੈਂਸ ਤੁਸੀਂ ਦੇਖੀ ਹੈਗੀ ਹੈ ਨਾ, ਤੇ ਬਾਕੀ ਸਾਰੇ ਬਈ ਇੰਪਲੀਮੈਂਟ ਦੀ ਚੱਲਦਾ ਹੈ ਨਾ ਤੁਸੀਂ ਦੱਸਿਆ ਜੀ? ਹਾਂ ਸਾਰੇ ਤੂੜੀਲੀ ਤੇ ਬਈ, ਉਹ ਟਰਬੋ ਐ ਸੀ ਨਹੀਂ ਲਵਾਈ ਹੈਗੀ। ਠੀਕ ਹੈ, ਤੇ ਉਹ ਕੀਤਾ ਮੰਨ ਲਓ ਸੁਪਰ ਸੀਡਰ ਦੀ ਚਲਾਇਆ ਸੀਗਾ ਇੱਕ ਦੀ। ਹਾਂ ਹਾਂ, ਸੁਪਰ ਸੀਡਰ ਤੇ ਚਲਾਇਆ, ਰੀਪਰ ਤੇ ਚਲਾਇਆ, ਰੀਪਰ ਤੇ ਚਲਾਇਆ, ਕੋਈ ਚੱਕਰ ਨਹੀਂ ਸੀਗਾ, ਕੋਈ ਚੱਕਰ ਹੀ ਨਹੀਂ ਸੀਗਾ। ਇੱਕ ਜਿਵੇਂ ਤੁਸੀਂ ਲਈ ਆਉਂਦੇ ਮਤਲਬ ਤੋਰਾ ਵੀ ਮਤਲਬ ਸਪੀਡ ਜ਼ਿਆਦਾ ਬਹੁਤ ਆ ਬਈ ਯਾਰ। ਠੀਕ ਹੈ, ਉਹ ਵੀ ਕਰਾਈ ਵੀ ਸੈਟਿੰਗ ਬਈ ਕਿ ਮਾੜੀ ਕਰਾਈ ਵੀ ਬਈ? ਠੀਕ ਹੈ, ਪੰਪ 'ਚ ਸਪਰਿੰਗ ਜਾਂ ਬਦਲਿਆ ਵਾ ਉਹ? ਠੀਕ ਹੈ, ਅਨੰਦਪੁਰ ਸਾਹਿਬ ਜਾਂਦੇ ਹੁੰਦੇ ਆ। ਹਾਂ, ਤੇ ਬਾਕੀ ਬਾਈ ਵਧੀਆ ਲੱਗਿਆ ਹੈ ਨਾ ਪਰਫਾਰਮੈਂਸ, ਓਕੇ ਆ ਬਾਈ, ਡਨ ਆ ਹੈ ਨਾ। ਧੰਨਵਾਦ ਬਾਈ ਜੀ ਤੁਹਾਡਾ ਵੀ। ਕੋਈ ਨਹੀਂ ਬਾਈ, ਧੰਨਵਾਦ।